ਪੈਰਿਸ ਓਲੰਪਿਕ 2024 ਦਾ ਆਗਾਜ਼ ਹੋ ਚੁੱਕਿਆ ਹੈ ਤੇ ਇਸ ਦੇ ਵਿੱਚ ਭਾਰਤ ਤੋਂ ਕਰੀਬ 117 ਖਿਡਾਰੀ ਹਿੱਸਾ ਲੈ ਰਹੇ ਹਨ ਤੇ ਇਹਨਾਂ ਦੇ ਵਿੱਚੋਂ ਕਾਫੀ ਖਿਡਾਰੀ ਪੰਜਾਬ ਦੇ ਨਾਲ ਵੀ ਸੰਬੰਧ ਰੱਖਦੇ ਹਨ। ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਆ ਕੇ ਵਸੇ ਹੋਏ ਨੇ ਤੇ ਕੈਨੇਡਾ ਦੇ ਵਿੱਚੋਂ ਵੀ 3 ਪੰਜਾਬੀ ਖਿਡਾਰੀ ਪੈਰਿਸ ਓਲੰਪਿਕ 2024 ਦੇ ਵਿੱਚ ਹਿੱਸਾ ਲੈ ਰਹੇ ਹਨ। ਉਹਨਾਂ ਦੇ ਬਾਰੇ ਗੱਲ ਕਰਦੇ ਹਾਂ, ਜਾਣਦੇ ਹਾਂ ਉਹਨਾਂ ਦੇ ਨਾਮ ਅਤੇ ਉਹ ਪੰਜਾਬ ਤੋਂ ਕਿੱਥੋਂ ਸੰਬੰਧ ਰੱਖਦੇ ਹਨ ਇਹ ਵੀ ਦੱਸਦੇ ਹਾਂ। ਓਲੰਪਿਕਸ 2024 ਦਾ ਆਗਾਜ਼ ਹੋ ਗਿਆ ਹੈ। ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਕੁੱਲ 117 ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲਿਆ। ਇਹਨਾਂ ਵਿੱਚ ਬਹੁਤ ਸਾਰੇ ਖਿਡਾਰੀ ਪੰਜਾਬ ਤੋਂ ਵੀ ਹਨ ਜਿਨ੍ਹਾਂ ਨੇ ਪਹਿਲਾਂ ਵੀ ਖੇਡਾਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਤਗਮੇ ਜਿੱਤੇ ਹਨ। ਕਈ ਪੰਜਾਬੀ ਕੈਨੇਡਾ ਨਾਲ ਵੀ ਸੰਬੰਧ ਰੱਖਦੇ ਹਨ, ਭਾਵੇਂ ਉਹ ਪੈਦਾ ਕੈਨੇਡਾ ਵਿੱਚ ਹੋਏ ਹਨ ਪਰ ਉਹਨਾਂ ਦੀਆਂ ਜੜ੍ਹਾਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ। ਪੈਰਿਸ ਓਲੰਪਿਕ 2024 ਵਿੱਚ ਕੈਨੇਡਾ ਦੇ 3 ਖਿਡਾਰੀਆਂ ਨੇ ਹਿੱਸਾ ਲਿਆ ਜਿਨ੍ਹਾਂ ਦੇ ਨਾਮ ਹਨ ਜੈਸਿਕਾ ਗਡਰੋਲਟ, ਅਮਰ ਦੇਸੀ ਅਤੇ ਜਸਨੀਤ ਕੌਰ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੈਸਿਕਾ ਗਡਰੋਲਟ ਦੀ। ਜੈਸਿਕਾ ਦਾ ਜਨਮ ਕੈਨੇਡਾ ਦੇ ਓਨਟੈਰੀਓ ਸੂਬੇ ਦੇ ਓਟਵਾ ਵਿੱਚ ਹੋਇਆ ਪਰ ਉਹਨਾਂ ਦਾ ਨਾਨਕਾ ਪਿੰਡ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ। ਜੈਸਿਕਾ ਨੇ ਇੰਡੀਆਨਾ ਯੂਨੀਵਰਸਿਟੀ ਤੋਂ ਕੈਮਿਸਟਰੀ ਵਿਸ਼ੇ ਵਿੱਚ ਪੜ੍ਹਾਈ ਪੂਰੀ ਕੀਤੀ। ਜੈਸਿਕਾ ਪੈਰਿਸ ਓਲੰਪਿਕਸ ਵਿੱਚ ਕੈਨੇਡਾ ਦੀ ਵਾਟਰ ਪੋਲੋ ਟੀਮ ਲਈ ਖੇਡ ਰਹੀ ਹੈ। ਉਹ ਵਾਟਰ ਪੋਲੋ ਟੀਮ ਵਿੱਚ ਗੋਲਚੀ ਹੈ। 2021 ਦੀਆਂ ਟੋਕੀਓ ਓਲੰਪਿਕਸ ਖੇਡਾਂ ਵਿੱਚ ਜੈਸਿਕਾ ਨੂੰ ਰਿਜ਼ਰਵਡ ਖਿਡਾਰਨ ਵਜੋਂ ਸ਼ਾਮਲ ਕੀਤਾ ਗਿਆ ਸੀ। ਜੈਸਿਕਾ ਨੇ ਵਾਟਰ ਪੋਲੋ ਖੇਡ ਦੀ ਸ਼ੁਰੂਆਤ 2008 ਦੇ ਵਿੱਚ 14 ਸਾਲ ਦੀ ਉਮਰ ਵਿੱਚ ਕੀਤੀ ਸੀ। ਜੈਸਿਕਾ ਇਸ ਤੋਂ ਪਹਿਲਾਂ ਕਈ ਚੈਂਪੀਅਨਸ਼ਿਪਸ ਦੇ ਵਿੱਚ ਹਿੱਸਾ ਲੈ ਚੁੱਕੀ ਹੈ ਅਤੇ ਜਿੱਤ ਵੀ ਹਾਸਲ ਕਰ ਚੁੱਕੀ ਹੈ। ਜੈਸਿਕਾ NCAA ਵਿੱਚ ਕੋਚ ਬਣਨ ਵਾਲੀ ਏਸ਼ੀਅਨ ਭਾਰਤੀ ਮੂਲ ਦੀ ਪਹਿਲੀ ਔਰਤ ਵੀ ਬਣ ਚੁੱਕੀ ਹੈ ਅਤੇ ਹੁਣ ਉਹ ਪੈਰਿਸ ਓਲੰਪਿਕਸ 2024 ਦੀਆਂ ਖੇਡਾਂ ਦੇ ਵਿੱਚ ਵੀ ਚੰਗਾ ਪ੍ਰਦਰਸ਼ਨ ਕਰਕੇ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਵੇਗੀ। ਦੂਸਰੇ ਖਿਡਾਰੀ ਦੀ ਗੱਲ ਕਰਦੇ ਹਾਂ ਜੋ ਪੈਰਿਸ ਓਲੰਪਿਕਸ ਦਾ ਹਿੱਸਾ ਹਨ, ਉਹ ਹਨ ਅਮਰ ਦੇਸੀ। ਅਮਰਵੀਰ ਸਿੰਘ ਦਾ ਜਨਮ 2 ਸਤੰਬਰ 1995 ਦੇ ਵਿੱਚ ਕੈਨੇਡਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਇਆ। ਅਮਰ ਜਲੰਧਰ ਦੇ ਪਿੰਡ ਸੰਗਵਾਲ ਦੇ ਨਾਲ ਸੰਬੰਧ ਰੱਖਦੇ ਹਨ। ਅਮਰ ਦੇ ਪਿਤਾ ਵੀ ਪਹਿਲਵਾਨੀ ਕਰਦੇ ਸਨ। ਅਮਰ ਨੂੰ ਸ਼ੁਰੂਆਤ ਵਿੱਚ ਪਹਿਲਵਾਨੀ ਦੇ ਗੁਣ ਉਹਨਾਂ ਦੇ ਪਿਤਾ ਨੇ ਹੀ ਦਿੱਤੇ ਸਨ। ਅਮਰ ਦੇ ਪਿਤਾ ਨੇ ਕੈਨੇਡਾ ਆਉਣ ਮਗਰੋਂ ਸਰੀ ਵਿੱਚ ਨੌਜਵਾਨਾਂ ਲਈ ਖਾਲਸਾ ਕੁਸ਼ਤੀ ਕਲੱਬ ਸ਼ੁਰੂ ਕੀਤਾ ਸੀ। ਅਮਰ ਨੇ 2021 ਵਿੱਚ ਓਲੰਪਿਕਸ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੇ 124 ਕਿਲੋ ਭਾਰ ਵਰਗ ਵਿੱਚ ਹਿੱਸਾ ਲਿਆ ਸੀ। ਇਹਨਾਂ ਓਲੰਪਿਕਸ ਖੇਡਾਂ ਵਿੱਚ ਉਹ 3 ਸਥਾਨ 'ਤੇ ਰਹੇ ਸਨ। ਉਹਨਾਂ ਨੂੰ 2018 ਵਿੱਚ ਓਰੇਗਨ ਸਟੇਟ ਮੇਲ ਐਥਲੀਟ ਆਫ ਦ ਈਅਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਮਗਰੋਂ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਦੀ ਖੂਬ ਚਰਚਾ ਸੀ। ਹੁਣ ਓਲੰਪਿਕ ਖੇਡਾਂ ਵਿੱਚ ਪੰਜਾਬੀ ਮੂਲ ਦੇ ਅਮਰਵੀਰ ਸਿੰਘ ਦਾ ਇਹ ਦੂਜਾ ਮੌਕਾ ਹੈ। ਤੀਸਰੇ ਨੰਬਰ 'ਤੇ ਗੱਲ ਕਰਦੇ ਹਾਂ ਜਸਨੀਤ ਕੌਰ ਨਿੱਜਰ ਦੀ। ਕੈਨੇਡਾ ਵੱਲੋਂ ਪੈਰਿਸ ਓਲੰਪਿਕ 2024 ਵਿੱਚ ਮੁਕਾਬਲਾ ਕਰਨ ਜਾ ਰਹੀ ਜਸਨੀਤ ਕੌਰ ਨਿੱਜਰ ਮਹਿਲਾ ਰਿਲੇ ਟੀਮ ਦਾ ਹਿੱਸਾ ਹਨ। ਜਸਨੀਤ ਕੌਰ ਨਿੱਜਰ ਦਾ ਜਨਮ 12 ਜੂਨ 2001 ਦੇ ਵਿੱਚ ਕੈਨੇਡਾ ਦੇ ਸਰੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਇਆ ਸੀ। ਕੈਨੇਡਾ ਦੇ ਇਤਿਹਾਸ ਵਿੱਚ ਓਲੰਪਿਕ ਵਿੱਚ ਕਿਸੇ ਟਰੈਕ ਅਤੇ ਫੀਲਡ ਇਵੈਂਟ ਵਿੱਚ ਸ਼ਾਮਲ ਹੋਣ ਵਾਲੀ ਜਸਨੀਤ
ਪਹਿਲੀ ਭਾਰਤੀ ਕੈਨੇਡੀਅਨ ਕੁੜੀ ਹੈ। ਜਸਨੀਤ 7 ਸਾਲ ਦੇ ਸਨ ਜਦੋਂ ਉਹ ਪਹਿਲੀ ਵਾਰ ਆਪਣੇ ਭੈਣ ਭਰਾਵਾਂ ਨਾਲ ਟਰੈਕ 'ਤੇ ਆਏ ਸਨ। ਜਸਨੀਤ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿੱਚ ਉਹ ਹੁਣ ਵਿਦਿਆਰਥੀ ਅਥਲੀਟ ਹਨ। ਜਸਨੀਤ 5 ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਟਰੈਕ ਅਤੇ ਫੀਲਡ ਕੋਚ ਵੀ ਹਨ। ਬਿਊਨਸ ਆਇਰਸ ਵਿੱਚ 2018 ਦੀਆਂ ਯੂਥ ਓਲੰਪਿਕ ਖੇਡਾਂ ਵਿੱਚ ਉਹਨਾਂ ਨੇ ਕੈਨੇਡਾ ਦੀ ਨੁਮਾਇੰਦਗੀ ਕੀਤੀ ਸੀ ਅਤੇ ਹੁਣ ਉਹ ਪੈਰਿਸ ਓਲੰਪਿਕ 2024 ਦੇ ਵਿੱਚ ਜਸਨੀਤ ਵਧੀਆ ਪ੍ਰਦਰਸ਼ਨ ਕਰਕੇ ਸਾਰੇ ਪੰਜਾਬੀਆਂ ਦਾ ਮਾਣ ਵਧਾਏਗੀ। ਬਿਊਰੋ ਰਿਪੋਰਟ, ਹਮਦਰਦ ਟੀਵੀ।